बिस्मिल्लाहिर्रहमानिर्रहीम। आज इस वीडियो को बनाने का मकसद जो हरभजन सिंह ने बातें की हैं पाकिस्तान के हवाले से, तो पाजी तुसी पहले अपने मुल्क का ख्याल कर लो। ठीक है, तुसी मीडिया कंट्रोल कीते है, तुसी जनाब किसी नूं बोलन नहीं दिंदे है, जेड़ा बोलदा है ओदी तुसी आवाज़ दबा दिंदे हो, ते उत्थे कोई हुकूमत दे खिलाफ़ गल नहीं कर सकता, ਤੁਹਾਡੇ ਮੁਲਕ ਦੇ ਖਿਲਾਫ਼ ਗੱਲ ਨਹੀਂ ਕਰ ਸਕਦਾ। ਅਤੇ ਪਾਕਿਸਤਾਨ ਅਲਹਮਦੁਲਿਲਾ ਇੱਕ ਆਜ਼ਾਦ ਮੁਲਕ ਹੈ ਔਰ ਅੱਲਾਹ ਦਾ ਬੜਾ ਸ਼ੁਕਰ ਹੈ, ਇੱਥੇ ਹਰ ਬੰਦੇ ਨੂੰ ਲਿਖਣੇ ਦੀ, ਪੜ੍ਹਨੇ ਦੀ, ਬੋਲਣੇ ਦੀ ਆਜ਼ਾਦੀ ਹੈ। ਈਵਨ ਕਿ ਲੋਕ ਜਿਹੜਾ ਕਿਸੇ ਨੂੰ ਕਿਸੇ ਇਦਾਰੇ ਦੇ ਖਿਲਾਫ਼ ਵੀ ਹੁੰਦਾ ਤਾਂ ਉਹ ਵੀ ਬੋਲ ਲੈਂਦਾ, ਪਰ ਤੁਹਾਡੇ ਮੁਲਕ 'ਚ ਇਤਨੀ ਆਜ਼ਾਦੀ ਨਹੀਂ ਹੈ ਕਿਸੇ ਨੂੰ। ਨਾ ਉੱਥੇ ਤੁਹਾਡਾ ਮੀਡੀਆ ਆਜ਼ਾਦ ਹੈ, ਨਾ ਤੁਹਾਡੀਆਂ ਇਹ ਚੀਜ਼ਾਂ ਆਜ਼ਾਦ ਨੇ, ਅਤੇ ਇਸ ਵਾਸਤੇ ਤੁਸੀਂ ਆਪਣੇ ਘਰ ਤੱਕ ਹੀ ਰਹੋ ਅਤੇ ਬਿਹਤਰ ਹੈ, ਉਹਦੇ 'ਚ ਤੁਹਾਡੀ ਬੜੀ ਇੱਜ਼ਤ ਹੈ। ਠੀਕ ਹੈ, ਤੁਸੀਂ ਬੜੀ ਜੱਫੀਆਂ ਮਾਰਦੇ ਹੋ ਜਦੋਂ ਮਿਲਦੇ ਹੋ ਪਾਕਿਸਤਾਨੀ ਪਲੇਅਰਾਂ ਨੂੰ, ਅਤੇ ਉਂਝ ਤੁਸੀਂ ਜਨਾਬ ਬੜੇ ਗੱਲਾਂ ਕਰਦੇ ਹੋ ਕਿ ਜਨਾਬ ਪਾਕਿਸਤਾਨ ਸੇਫ ਨਹੀਂ ਹੈ। ਤੁਹਾਡੇ ਮੁਲਕ 'ਚ ਕਿਤਨੀ ਕੀ ਚੀਜ਼ਾਂ ਆਜ਼ਾਦ ਨੇ, ਬਿਹਾਰ 'ਚ ਕੀ ਹੋ ਰਿਹਾ, ਉੱਤਰ ਪ੍ਰਦੇਸ਼ 'ਚ, ਤਾਮਿਲਨਾਡੂ 'ਚ, ਤੁਸੀਂ ਇਹ ਦੱਸੋ ਕਿ ਕਿਆ ਇੰਡੀਆ 'ਚ ਅਕਲੀਤਾਂ ਦੇ ਨਾਲ ਸਹੀ ਕੰਮ ਹੋ ਰਿਹਾ? ਅਕਲੀਤਾਂ ਨੂੰ ਛੋੜੋ, ਹਿੰਦੂਆਂ ਦੇ ਨਾਲ ਹੀ ਕਿਆ ਤੁਹਾਡਾ ਰਵੱਈਆ ਚੰਗਾ? ਤੁਸੀਂ ਤਾਂ ਜਨਾਬ ਸ਼ੂਦਰਾਂ ਨੂੰ ਦੇਖ ਲਓ ਅਤੇ ਕਿਸ ਤਰ੍ਹਾਂ ਉਹਨਾਂ ਦੇ ਜਨਾਬ ਅੱਕ ਤਲਫੀ ਹੁੰਦੀ ਆ, ਉਹਨਾਂ ਵਿਚਾਰਿਆਂ ਨੂੰ ਕਿਸੇ ਜਗ੍ਹਾ 'ਤੇ ਮੌਕਾ ਨਹੀਂ ਮਿਲਦਾ ਵੀ, ਤਾਂ ਇਸ ਵਾਸਤੇ ਤੁਸੀਂ ਆਪਣੇ ਘਰ ਤੱਕ ਰਵੋ ਤਾਂ ਜ਼ਿਆਦਾ ਚੰਗਾ, ਔਰ ਉਹਦੀ ਤੁਹਾਡੀ ਇੱਜ਼ਤ ਹੈ। ਤੁਸੀਂ ਇਹ ਗੱਲਾਂ ਕਰਕੇ ਕੋਈ ਹੀਰੋ ਨਹੀਂ ਬਣ ਜਾਂਦੇ, ਬਲਕਿ ਤੁਹਾਡੀ ਜਿਹੜੀ ਬਣੀ ਹੋਈ ਇੱਜ਼ਤ ਹੈ ਨਾ, ਉਹ ਵੀ ਖਰਾਬ ਹੁੰਦੀ ਹੈ। ਅਤੇ ਇਹ ਸਰਹੱਦ ਪਾਰ ਤੋਂ ਵੀ ਬੇਸ਼ੁਮਾਰ ਲੋਕ ਤੁਹਾਨੂੰ ਪਸੰਦ ਕਰਦੇ ਨੇ, ਤੁਹਾਡੀ ਬੋਲਿੰਗ ਦੇ ਵੀ ਬੜੇ ਦੀਵਾਨੇ ਨੇ, ਲੇਕਿਨ ਇਹ ਹੈ ਕਿ ਇਹੋ ਜਿਹੀ ਗੱਲਾਂ ਕਰਕੇ ਤਾਂ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਲੇਕਿਨ ਇਹ ਚਵਲ ਤੁਸੀਂ ਮਾਰੀ ਹੈ ਅਤੇ ਮਿਹਰਬਾਨੀ ਕਰੋ, ਇਸ ਚਵਲ ਨੂੰ ਵਾਪਸ ਲਓ। ਤੁਸੀਂ ਕੋਈ ਅਸਮਾਨ ਤੋਂ ਉਤਰੀ ਹੋਈ ਕੋਈ ਐਸੀ ਅਨਹੋਨੀ ਚੀਜ਼ ਨਹੀਂ ਹੋਇਆ ਕਿ ਤੁਸੀਂ ਜਨਾਬ ਪਾਕਿਸਤਾਨ ਆ ਜਾਓਗੇ ਅਤੇ ਕੋਈ ਬੜਾ ਇੱਥੇ ਸੋਨੇ ਦੇ ਪਹਾੜ ਉਗਾਵਣਗੇ। ਤੁਸੀਂ ਜਨਾਬ ਅਗਰ ਆਓਗੇ ਤਾਂ ਅਸੀਂ ਤੁਹਾਨੂੰ ਬੜੇ ਪਿਆਰ ਨਾਲ, ਅਮਨ ਨਾਲ, ਮੁਹੱਬਤ ਨਾਲ ਵੈਲਕਮ ਕਰਾਂਗੇ, ਅਤੇ ਤੁਹਾਨੂੰ ਇੱਥੇ ਅੱਛੀ ਕ੍ਰਿਕਟ ਖੇਡਣ ਨੂੰ ਮਿਲੇਗੀ। ਤੁਸੀਂ ਐਸੇ ਨਫ਼ਰਤ ਅੰਗੇਜ਼ ਬਿਆਨ ਤੁਹਾਡੇ ਨਹੀਂ ਆਉਣੇ ਚਾਹੀਦੇ, ਤੁਸੀਂ ਇੱਕ ਖਿਲਾੜੀ ਹੋ, ਤੁਹਾਨੂੰ ਖੇਲ ਨੂੰ ਪ੍ਰਮੋਟ ਕਰਨਾ ਚਾਹੀਦਾ। ਇਹ ਸਿਆਸਤਦਾਨਾਂ ਦਾ ਕੰਮ ਹੈ, ਉਹ ਕੋਈ ਬਿਆਨ ਦਿੰਦੇ ਨੇ ਇਸ ਤਰ੍ਹਾਂ ਦਾ, ਅਤੇ ਤੁਹਾਨੂੰ ਮੇਰਾ ਖਿਆਲ ਹੈ ਅਗਰ ਥੋੜ੍ਹੀ ਜਿਹੀ ਸ਼ਰਮ ਹੈ ਨਾ, ਤਾਂ ਭਾਅ ਜੀ ਇਸ ਬਿਆਨ ਤੋਂ ਮਾਜ਼ਰਤ ਕਰ ਲਓ, ਜਿਹੜਾ ਕਿ ਮੁਸ਼ਕਲ ਹੈ, ਲੇਕਿਨ ਇਹ ਕਿ ਅਗਰ ਤੁਹਾਨੂੰ ਸ਼ਰਮ ਹੈ ਔਰ ਅਗਰ ਤੁਸੀਂ ਵਾਕਈ ਸਪੋਰਟਸ ਲਵਰ ਹੋ, ਤਾਂ ਤੁਹਾਨੂੰ ਇਹੋ ਜਿਹਾ ਬਿਆਨ ਨਾ ਦੇਣਾ ਚਾਹੀਦੇ, ਅਤੇ ਨਾ ਹੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਚਵਲ ਮਾਰਨੀ ਚਾਹੀਦੀ ਹੈ। ਤੁਸੀਂ ਦੇਖਿਆ ਹੋਣਾ ਨਵਜੋਤ ਸਿੰਘ ਸਿੱਧੂ ਜਦੋਂ ਪਾਕਿਸਤਾਨ 'ਚ ਆਏ ਨੇ ਤਾਂ ਕਿਸ ਤਰ੍ਹਾਂ ਉਹਨਾਂ ਲੋਕਾਂ ਨੇ ਪਿਆਰ ਦਿੱਤਾ, ਕਿਸ ਤਰ੍ਹਾਂ ਲੋਕਾਂ ਨੇ ਉਹਨਾਂ ਦੀ ਇੱਜ਼ਤ ਕੀਤੀ। ਤੁਸੀਂ ਬਾਕੀ ਵੀ ਅਗਰ ਪਲੇਅਰਾਂ ਦੀ ਆਵਾਜ਼ ਸੁਣੋ, ਕਪਿਲ ਭਾਅ ਜੀ ਹੋ ਜਾਣ ਜਾਂ ਜਿਤਨੇ ਵੀ ਹੈ ਨੇ, ਸਚਿਨ ਹੋ ਜਾਣ ਔਰ ਸੁਨੀਲ ਗਵਾਸਕਰ, ਪਲੇਅਰ ਜਿਹੜੇ ਹੁੰਦੇ ਨੇ ਨਾ, ਜਿਹੜੇ ਖੇਲਾਂ ਦੇ ਜਿਹੜੇ ਖਿਲਾੜੀ ਹੁੰਦੇ ਨੇ, ਇਹ ਅਮਨ ਦੇ ਨੁਮਾਇੰਦੇ ਹੁੰਦੇ ਨੇ, ਪਿਆਰ ਦੀ ਗੱਲ ਕਰਦੇ ਨੇ, ਮੁਹੱਬਤ ਦੀ ਗੱਲ ਕਰਦੇ ਨੇ, ਇਹ ਇਸ ਤਰ੍ਹਾਂ ਦੀਆਂ ਚਵਲਾਂ ਨਹੀਂ ਮਾਰਦੇ ਹੈ ਵੀ। ਦੇਖੋ ਸਿਆਸੀ ਹਾਲਾਤ ਤੁਹਾਡੇ ਵੀ ਬੜੇ ਮਾੜੇ ਮਾੜੇ ਰਹੇ ਨੇ, ਲੇਕਿਨ ਅਸੀਂ ਫਿਰ ਵੀ ਤੁਹਾਡੇ ਨਾਲ ਸਪੋਰਟ ਕੀਤਾ, ਖੇਡਣ ਆਏ ਹਾਂ, ਅਤੇ ਤੁਸੀਂ ਵੀ ਮਰਦ ਬਣੋ ਅਤੇ ਖੇਡਣ ਆਵੋ, ਸਮਝ ਗਏ? ਅਗਰ ਤੁਸੀਂ ਇਤਨੇ ਤਗੜੇ ਹੋ ਤਾਂ ਆਓ ਇੱਥੇ ਆ ਕੇ ਪਾਕਿਸਤਾਨ ਨੂੰ ਪਾਕਿਸਤਾਨ 'ਚ ਹਰਾ ਕੇ ਜਾਓ, ਲੇਕਿਨ ਅਗਰ ਤੁਸੀਂ ਇਸ ਤਰ੍ਹਾਂ ਦੀ ਚਵਲਾਂ ਮਾਰੋਗੇ ਤਾਂ ਤੁਸੀਂ ਆਪਣੀ ਇੱਜ਼ਤ ਖਰਾਬ ਕਰ ਰਹੇ ਹੋ, ਤਾਂ ਮਿਹਰਬਾਨੀ ਕਰੋ, ਇਹ ਤੁਹਾਨੂੰ ਜੇਬ ਨਹੀਂ ਦਿੰਦਾ ਹੈ ਵੀ, ਇਹ ਜਿਨ੍ਹਾਂ ਦਾ ਕੰਮ ਹੈ ਉਹਨਾਂ ਨੂੰ ਕਰਨ ਦਿਓ, ਮਿਹਰਬਾਨੀ।